ਕੱਲ ਵੀ ਇੱਕ ਬ੍ਰੈਂਡ ਤੇ ਤੂੰ ਅੱਧੀ ਸਿਸੀ ਲਾ ਕੇ ਖਾ ਗਿਆ। ਡੰਗਰ ਜੇ ਨਾ ਹੋਵੇ। ਆ ਹੁਣੇ ਮੇਰੀ ਜਾਨ ਨਿਕਲ ਚੱਲੀ ਸੀ। ਤੁਸੀਂ ਲੀ ਬੈਥਰੂਮ ਜਾਣਾ। ਹਾਂਜੀ ਮੈਂ ਵੀ ਜਾਣਾ। ਜੇ ਤੁਸੀਂ ਜਾਣਾ ਤੁਸੀਂ ਪਹਿਲਾਂ ਚੱਲ ਜਾਓ। ਨਹੀਂ ਨਹੀਂ। ਪ੍ਰੈਸ਼ਰ ਤੇ ਬੜਾ ਬਟਾਇ ਕੰਟਰੋਲ। ਉਹ ਤੁਸੀਂ ਵੱਡੇ ਹੋ ਤੁਸੀਂ ਪਹਿਲਾਂ ਚੱਲ ਜਾਓ। ਨਹੀਂ ਨਹੀਂ। ਉਹ ਮੈਂ ਬਾਅਦ ਚੱਲ ਜਾਣਾ। ਨਹੀਂ ਨਹੀਂ ਤੁਸੀਂ ਜਾਓ। ਜਾਓ ਜਾਓ। ਪੱਕੀ ਗੱਲ? ਹਾਂ। ਜਾ। ਜਿੰਦਰ ਭਾਈ ਅੱਖਾਂ ਲੱਗ ਗਈ। ਇਹ ਐਲਬਮ ਪੂਰੀ ਹੋ ਗਈ ਤੇ ਬਾਹਰ ਆ ਜਾ ਇਹਦੀ ਐਲਬਮ ਇਨੀ ਛੇਤੀ ਪੂਰੀ ਨਹੀਂ ਹੁੰਦੀ ਹੁੰਦੀ ਇਹ ਰੀਟੈਕ ਬਹੁਤ ਲੈਂਦਾ ਇਨਸਾਨ ਚ ਸਬਰ ਵੀ ਹੁੰਦਾ ਇਨਸਾਨ ਚ ਸ਼ਰਮ ਵੀ ਹੁੰਦੀ ਆ ਕਮਰੇ ਦਾ ਕਿਰਾਇਆ ਰਹਿਣ ਦੇ ਆਂਦਾ ਤੂੰ ਮੇਰੇ ਨਾਲ ਤੈਅ ਕਰ ਮੰਥਲੀ ਕੀ ਦੇਣੀ ਯਾ ਪਿਆਰੀਆਂ ਗੱਲਾਂ ਕਰਦੇ ਹੋ ਚੌਧਰੀ ਸਾਹਿਬ ਕਿਹਦਾ ਟੜਾ ਕੋਣੀ ਏਰਗਾ ਮੂੰਹ ਹੈ ਨਹੀਂ ਸਮਝੇ ਕਹਦੇ ਵਰਗਾ ਇਹ ਇਤਿਆਦ ਕਰੀਦੀ ਹੁੰਦੀ ਏ ਜਿੰਦੋਂ 2400 ਚਲੇ ਗਏ ਉਹ ਇੱਥੇ ਭਾਈ ਸਿਕੰਦਰ ਵਰਗੇ ਚਲੇ ਗਏ ਚੌਧਰੀ ਕੀ ਚੀਜ਼ ਆ ਚੌਧਰੀ ਬੜੀ ਕੁੱਤੀ ਚੀਜ਼ ਏ ਉਹ ਨਹੀਂ ਜਾਂਦਾ ਛੇਤੀ ਇਹ ਪੰਜਾਬ ਪੈਸੇ ਕਿਵੇਂ ਭੇਜਣੇ ਨੇ ਭਾਜੀ ਮਨੀ ਟ੍ਰਾਂਸਫਰ ਵਾਲੇ ਕੋਈ ਜਾਣੇ ਹੁੰਦੇ ਆ ਪਾਸਪੋਰਟ ਨਾਲ ਲੈ ਕੇ ਜਾਇਓ ਪਾਸਪੋਰਟ ਮੈਂ ਘਰ ਫੜਾ ਕੇ ਉਹਨੇ ਨੇ ਇੱਥੋਂ ਭੇਜਣੇ ਨੇ ਪੈਸੇ ਉਹ ਭਾਜੀ ਆਈਡੀ ਚਾਹੀਦੀ ਹੁੰਦੀ ਏ ਲੇਕਿਨ ਮੇਰਾ ਪਾਸਪੋਰਟ ਤੇ ਖਾਨ ਸਾਹਿਬ ਕੋਲੇ ਆਪਣੇ ਕਿਨੇ ਤੁਸੀਂ ਇਹ ਦੱਸੋ ਮੈਂ 20 ਪਾਉਨੇ ਸਾਰੇ ਪਾਉਨੇ ਹਾਂ ਸਾਰੇ ਪਾਉਨੇ ਭਾਜੀ ਰਕਮ ਜ਼ਿਆਦਾ ਹੁੰਦੀ ਤੁਹਾਡੇ ਕੋਲ ਨਾਲ ਗਨਮੈਨ ਰੱਖਿਆ ਕਰੋ ਚਲਾਣੀ ਸਿੱਖ ਲੈ ਤੈਨੂੰ ਹੀ ਰੱਖ ਲਾਂਗਾ ਖੱਚ ਜੀ ਨਾ ਹੋਏ ਤੇ ਫਿਰ ਕਹਿੰਦੇ ਬੂਟਾ ਗਾਲਾਂ ਕੱਢਦਾ ਉਹ ਦਰਅਸਲ ਨਾ ਘਰ 35 3600 ਦੀ ਜ਼ਰੂਰਤ ਸੀ ਭਾਜੀ 20 ਤੇ ਉੱਥੇ ਪੀਸੀ ਲੱਗ ਜਾਣੀ ਕੋਈ 100 200 ਤੇ ਪਾਓ ਐ ਹੁਣ ਕਿੱਥੇ ਪਾਣ ਨੇ ਇਹ ਤੇ ਹਲੇ ਵੀਰ ਜੇਬ ਚ ਪਾਲਾ ਉਹ ਬੂਟੇ ਓਏ ਉਹ ਕਮਰਾਨ ਨੂੰ ਮਿਲਣ ਜਾਣਾ ਸੀ ਤੂੰ ਜੇ ਤਿਆਰ ਹੀ ਨਹੀਂ ਹੋਇਆ ਉਹ ਤਿਆਰ ਮੈਂ ਕਿਹੜੇ ਕੋਈ ਵਾਲ ਗਿੱਲੇ ਕਰਕੇ ਛਿੱਟੇ ਪਾਣੇ ਉਹਨਾਂ ਤੇ ਮੇਰਾ ਪੁੱਤਰ ਫੇਰ ਵੀ ਟਾਕੀ ਟੁੱਕੀ ਤੇ ਫੇਰ ਨਹੀਂ ਹੈ ਨਾ ਭਾਈ ਦੁਆ ਕਰਨਾ ਹਾਂ ਦੁਆ ਕਰਨਾ ਇਹ ਤਾਂ ਆਪਰੇਸ਼ਨ ਆ ਜਾ ਆ ਜਾ ਆ ਜਾ ਇੱਕ ਮਿੰਟ ਠਹਿਰ ਜਾ ਯਾਰ ਮੈਂ ਤੇ ਕਹਿੰਦਾ ਵਾਪਸ ਚਲੀਏ ਉਹ ਇੰਨਾ ਟੁਰ ਕੇ ਫਿਰ ਵਾਪਸ ਚਲੀਏ ਫਿਰ ਕਹਿੰਦਾ ਬੂਟਾ ਗਾਲਾਂ ਕੱਢਦਾ ਯਾਰ ਪਤਾ ਕੀ ਅੰਦਰ ਜਾ ਕੇ ਵੀ ਜ਼ਲੀਲ ਹੀ ਹੋਣਾ ਕਿਉਂ ਜ਼ਲੀਲ ਕੱਤੋਣਾ ਅੰਦਰ ਜਾਵਾਂਗੇ ਅਗਰ ਕਮਰਾਨ ਨੇ ਪੁੱਛ ਲਿਆ ਕੌਣ ਹੈ ਮੈਂ ਤੇ ਕਹਿੰਦਾ ਮੇਰਾ ਯਾਰ ਹੈ ਹਾਂ ਤੇ ਉਹਨੂੰ ਪਤਾ ਅੱਗੋ ਕੀ ਕਹਿਣਾ ਹੈ ਕੀ ਕਹਿਣਾ ਇਹ ਸ਼ਕਲੋਂ ਚੋਰ ਲੱਗਦਾ ਤੇ ਬਰੇਜ਼ ਯਾਰ ਤੂੰ ਬਾਤ ਨਹੀਂ ਆਣਾ ਗੱਲ ਕਹਿਣ ਤੋਂ ਹੈ ਲੌਰ ਦੇ ਵਿੱਚ ਪੂਰੇ ਜਦੋਂ ਤੂੰ ਧਮਾ ਦਿੱਤਾ ਕਿ ਸ਼ਕਲੋਂ ਚੋਰ ਲੱਗਦਾ ਸ਼ਕਲੋਂ ਚੋਰ ਲੱਗਦਾ ਮੇਰੇ ਆਪਣੇ ਬੱਚੇ ਖਡਾਉਣੇ ਲੁਕਾਉਣ ਲੱਗ ਪੈਂਦੇ ਕਿ ਅੱਬਾ ਆ ਗਿਆ ਚੋਰੀ ਨਾ ਕਰ ਲੈ ਕਿਤੇ ਮੈਂ ਆਪਣਾ ਪਰਸ ਕੱਢ ਕੇ 50 ਦਫਾ ਵੇਖਦਾ ਇਹਦੇ ਜੋ ਮੈਂ ਹੀ ਤੇ ਨਹੀਂ ਕਿਤੇ ਚੋਰੀ ਕਰ ਲਈ ਗੱਲ ਸੁਣ ਯੂਪ ਤੇ ਜੀ ਤੂੰ ਮੈਨੂੰ ਚੋਰ ਨਹੀਂ ਕਹਿਣਾ ਯਾਰ ਮੈਂ ਬਾਗਲਾ ਤੈਨੂੰ ਚੋਰ ਕਹਾਂ ਤੂੰ ਮੇਰਾ ਯਾਰ ਏ ਮੈਂ ਕਿਉਂ ਚੋਰ ਕਵਾਂਗਾ ਮੈਂ ਤੈਨੂੰ ਚੋਰ ਕਹਿ ਸਕਦਾ ਸਾਰੀ ਜ਼ਿੰਦਗੀ ਸ਼ਰਾਫਤ ਨਾਲ ਗੁਜ਼ਾਰੀ ਏ ਤੂੰ ਚੋਰ ਹੈ ਹੀ ਨਹੀਂ ਹਾਂ ਕੌਣ ਕਹਿ ਗਤਨ ਚੋਰ ਤੂੰ ਚੋਰ ਲੱਗਣਾ ਤੈਨ ਜਿਹੜਾ ਤੇ ਚੋਰ ਕਿਉਂ ਮਨ ਦੀ ਲੱਤਾਂ ਨਾ ਵੜਦੇ ਤ ਬੱਸ ਮੈਂ ਵਾਪਸ ਚੱਲਾਂ ਇੱਕ ਮਿੰਟ ਯਾਰ ਇੱਕ ਮਿੰਟ ਤੂੰ ਮੇਰਾ ਭਰਾ ਐ ਅੱਜ ਤੋਂ ਬਾਅਦ ਤੈਨੂੰ ਚੋਰ ਨਹੀਂ ਕਹਾਂਗਾ ਆ ਜਾ ਓਕੇ ਅੱਛਾ ਮੇਰੀ ਗੱਲ ਸੁਣ ਕਿ ਕਾਫੀ ਚੀਜ਼ਾਂ ਪਈਆਂ ਕੋਈ ਚੁੱਕ ਨਾ ਲਈ ਜਾਂ ਤੂੰ ਕੁੜੀ ਲੱਭਣ ਆਇਆ ਤੂੰ ਇੱਥੇ ਆ ਬੁੱਤ ਵੇਖੀ ਜਾਣ ਨੇ ਪੁੱਤਰ ਡਿਜ਼ਾਈਨ ਤੇ ਚੈੱਕ ਕਰ ਲਈਏ ਨਾ ਕੋਈ ਲੰਮੀ ਜੀ ਵੇਖ ਲੈ ਫਿਰ ਤੁਹਾਡੇ ਘਰ ਇੱਕ ਵੀ ਨਹੀਂ ਹੈਗੀ ਬਕਵਾਸ ਨਾ ਕਰ ਆਇਦ ਕਮਰਨ ਹਾਂਜੀ ਕਮਰਨ ਅਸਲਾਮੁਅਲੈਕ ਚਾਚਾ ਜੀ ਵਾਲੇਕੁਮ ਸਲਾਮ ਪਛਾਣਿਆ ਨਹੀਂ ਪਹਿਲੀ ਵਾਰ ਹੀ ਮਿਲੇ ਆ ਕਿਸਰਾ ਪਛਾਨ ਸਕਦੇ ਮੈਂ ਵਸੀਮ ਦਾ ਪੁੱਤ ਆ ਪਾਕਿਸਤਾਨ ਤੋਂ ਓ ਕਿਸਰਾ ਹੋ ਸਕਦਾ ਤੇਰੀ ਉਮਰ ਦਾ ਤੇ ਆਪ ਲੱਗਦਾ ਅਸਲ ਤੇ ਚਾਚਾ ਜੀ ਉਹਨਾਂ ਦਾ ਵਿਆਹ ਛੋਟੀ ਉਮਰ ਚ ਹੋ ਗਿਆ ਸੀ ਓ ਕਿੰਨੀ ਛੋਟੀ ਉਮਰ ਚ ਹੋ ਗਈ ਸੀ ਸ਼ਾਦੀ ਜਿਸ ਦਿਨ ਉਹਨਾਂ ਦਾ ਵਿਆਹ ਸੀ ਨਾ ਸੇਬੇ ਵਾਲਾ ਬੰਬ ਇਹਨੇ ਚਲਾਇਆ ਸੀ ਹਾਂ ਜੀ ਮੈਂ ਉੱਥੇ ਫਿਰ ਰਿਹਾ ਸੀ ਮੈਨੂੰ ਉਹਨਾਂ ਨੇ ਪੁੱਛਿਆ ਤੂੰ ਕੌਣ ਹੈ ਮੈਂ ਕਿਹਾ ਮੈਂ ਤੁਹਾਡੇ ਘਰ ਹੋਣ ਹੈ ਕਮਾਲ ਕਰਦੇ ਹੋ ਚਾਚਾ ਜੀ ਤੁਸੀਂ ਮਜ਼ਾਕ ਕਰਨੋਂ ਬਾਜ਼ ਨਹੀਂ ਆਉਂਦੇ ਅੱਛਾ ਚਲੋ ਛੱਡੋ ਆਓ ਕੀ ਲੈਣਾ ਜੀ ਇੱਕ ਪੱਕੀ ਕੁੜੀ ਦੇ ਦਿਓ ਹੈ ਜੇ ਪੱਕੀ ਨਹੀਂ ਹੈ ਤਾਂ ਕੱਚੀਆਂ ਦੋ ਕਰ ਲਓ ਇਹ ਕੌਣ ਇਹ ਮੇਰਾ ਦੋਸਤ ਹੈ ਜੀ ਸ਼ਕਲਾਂ ਤੋਂ ਚੋਰ ਲੱਗਦਾ ਇਹ ਤੂੰ ਦੱਸਿਆ ਨਾ ਹਾਂ ਮੈਂ ਚੋਰ ਹਾਂ ਚੋਰ ਹਾਂ ਮੈਂ ਤੂੰ ਚੋਰ ਨਹੀਂ ਐ ਰੱਖਦੇ